अगर आपने हमारे चैनल को सब्सक्राइब नहीं किया है तो इसे सब्सक्राइब कर लें। श्री मुख्तसर साहब के एक क्वारंटाइन सेंटर में एक कोरोना पॉजिटिव मरीज फरार हो गया, जिसकी तलाश में सहित विभाग के कर्मचारी और पुलिस प्रशासन के मुलाजिम लगे हुए हैं, जिसकी लोकेशन जिला श्री मुख्तसर साहब के गांव खोखर आ रही थी, जब सहित विभाग और पुलिस प्रशासन गांव खोखर एक घर पहुंचे जो उसका जद्दी घर था, तो उसे ताला लगा हुआ था। जब घर को खोलकर देखा तो फरार हुए मरीज का बाइक उस घर में मिला, परंतु मरीज फरार था। इस मौके सहित विभाग की तरफ से लगाए नोडल अफसर विजय सेतिया के साथ बात की तो उन्होंने बताया, एक मरीज जो कोरोना पॉजिटिव मुख्तसर से फरार हो गया, जिसकी लोकेशन गांव खोखर की आ रही थी, हम उसकी तलाश में आए थे परंतु वह यहां से भी फरार हो गया। पूजी की नाम अपना गुरदेव की मसला आज अपने पिंड चल रहा जी? मसला ये ही है, अपने मुख्तसर तो मुंडा उठो आया ते वो इथे ਭੱਜ ਗਿਆ, ਇੱਥੋਂ ਪਤਾ ਨਹੀਂ ਲੱਗਿਆ ਜੀ ਸਾਨੂੰ, ਅਸੀਂ ਭਾਲਤਿਆ। ਕਿਉਂ ਭੱਜਿਆ ਜੀ ਉਹ? ਇਹ ਹੁਣ ਪਤਾ ਹੀ ਨਹੀਂ ਜੀ ਸਾਨੂੰ, ਅਸੀਂ ਉਹਦੀ ਭਾਲ 'ਚ ਪਤਾ ਲੱਗਿਆ ਕਰੋਨਾ ਪੋਜ਼ਿਟਿਵ ਆਇਆ ਸੀ ਅਤੇ ਉਹ ਪਤਾ ਨਹੀਂ ਲੱਗਿਆ ਵੀ ਕਿੱਥੇ ਗਿਆ। ਅੱਛਾ, ਹੁਣ ਜਦੋਂ ਮੰਨ ਲਓ ਪਿੰਡ 'ਚ ਆ ਵੜਿਆ ਉਹ, ਹਾਂਜੀ ਪਤਾ ਵੀ ਲੱਗ ਸਕਦਾ, ਪਰ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਇੱਥੇ, ਤੁਸੀਂ ਕਿੰਨਾ ਮਹਿਸੂਸ ਹੈ ਜੀ? ਮਹਿਸੂਸ ਇਹੀ ਹੈ ਜੀ, ਉਹ ਭਾਰੀ ਸਰਪੰਚ ਸਾਹਿਬ ਪੂਰਾ ਜ਼ੋਰ ਲਾ ਰਹੇ ਆ ਅਤੇ ਜਿੱਥੇ ਹੋਇਆ ਤਾਂ ਜ਼ਰੂਰ ਉਹਨੂੰ ਫੜਾਂਗੇ ਚੱਲਿਆ। ਹਾਂਜੀ, ਤੁਹਾਡਾ ਨਾਮ ਕੀ? ਮੈਂ ਜੀ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ, ਪਿੰਡ ਖੋਖਰ। ਹਾਂਜੀ, ਕੀ ਮਾਹੌਲ ਹੈ ਜੀ ਹੁਣ ਇੱਥੇ? ਸਵੇਰੇ ਜੀ ਸਾਨੂੰ ਲਗਭਗ ਕੋਈ 11 ਵਜੇ ਦੇ ਕਰੀਬ ਪ੍ਰਸ਼ਾਸਨ ਵੱਲੋਂ ਹਦਾਇਤ ਆਈ ਕਿ ਜੋ ਇੱਕ ਬੰਦਾ ਹੈ ਮੁਕਤਸਰ ਤੋਂ ਭਗੌੜਾ ਹੋ ਗਿਆ, ਉਹਦੀ ਜਿਹੜੀ ਲੋਕੇਸ਼ਨ ਆ ਉਹ ਪਿੰਡ ਖੋਖਰ ਆ ਰਹੀ ਹੈ। ਅਸੀਂ ਉਧਾਰ 'ਤੇ ਉਹਦੀ ਪੜਚੋਲ ਕਰਨੀ ਸ਼ੁਰੂ ਕੀਤੀ, ਉਸ ਤੋਂ ਬਾਅਦ ਮੰਡੀ ਬਰੀਵਾਲਾ ਥਾਣਾ ਔਰ ਸਾਡੇ ਜੋ ਇੰਚਾਰਜ ਨੇ ਇੱਥੇ ਵਿਜੇ ਸਹਿਤੀਆ ਜੀ ਉਹ ਵੀ ਪਹੁੰਚ ਗਏ ਅਤੇ ਉਹਦੇ ਨਾਲ ਜਿਹੜੀ ਟੀਮ ਹੈ ਉਹ ਸਾਰੀ ਰੈਕੀ ਕਰਨੀ ਸ਼ੁਰੂ ਕਰ ਲਈ ਅਸੀਂ। ਫਿਰ ਸਾਨੂੰ ਉਹਦਾ ਪਤਾ ਚੱਲਿਆ ਕਿ ਉਹਨਾਂ ਦਾ ਪਿਛੋਕੜ ਪਿੰਡ ਖੋਖਰ ਹੈ, ਉਹ ਅੱਜ ਤੋਂ 20-25 ਸਾਲ ਪਹਿਲਾਂ ਉਹ ਪਿੰਡ ਖੋਖਰ ਰਹਿੰਦੇ ਸੀ। ਫਿਰ ਅਸੀਂ ਉਹਦੇ ਘਰ ਗਏ, ਉੱਥੇ ਸਾਨੂੰ ਉਹਦੀ ਬਾਈਕ ਮਿਲੀ, ਹਾਲੇ ਤੱਕ ਸਾਡੇ ਕੋਲ ਇਹੀ ਹੈ, ਬਾਕੀ ਅਗਲੀ ਜਾਣਕਾਰੀ ਤੁਹਾਨੂੰ ਦੇਵਾਂਗੇ। ਥੈਂਕ ਯੂ। ਤੁਹਾਡਾ ਜੀ ਕੀ ਨਾਮ ਹੈ? ਵਿਜੇ ਸੇਤੀਆ। ਕੀ ਮਾਹੌਲ ਹੈ ਜੀ ਇੱਥੋਂ ਦਾ? ਮਾਹੌਲ ਇੱਥੋਂ ਦਾ ਇੰਝ ਹੈ ਜੀ, ਇੱਕ ਤਾਂ ਪੇਸ਼ੈਂਟ ਸੀ ਜਿਹੜਾ ਕਰੋਨਾ ਪੋਜ਼ਿਟਿਵ ਹੈ, ਰਾਈਟ, ਉਹ ਮੁਕਤਸਰ ਤੋਂ ਭੱਜ ਗਿਆ ਅਤੇ ਭੱਜ ਕੇ ਪਤਾ ਲੱਗਿਆ ਲੋਕੇਸ਼ਨ 'ਤੇ ਕਿ ਵੀ ਉਹ ਖੋਖਰ ਦੇ ਲੋਕੇਸ਼ਨ ਦੇ ਵਿੱਚ ਆ ਰਿਹਾ। ਜਦੋਂ ਅਸੀਂ ਉਹਦੇ ਘਰ ਗਏ, ਇੱਥੇ ਉਹਦਾ ਪਿਛੋਕੜ ਪੁਰਾਣਾ ਘਰ ਹੈ ਇੱਥੇ ਦਾਦਾ ਜੀ ਦਾ, ਜੋ ਕਿ ਬੰਦ ਪਿਆ, ਅਤੇ ਜਦੋਂ ਅਸੀਂ ਉਹਨਾਂ ਦੇ ਘਰ ਗਏ ਅਤੇ ਉਹ ਬੰਦ ਸੀ, ਪਰ ਉਸਦੀ ਬਾਈਕ ਹੈ ਜਿਹੜੀ ਉਹ ਅੰਦਰ ਪਈ ਹੈ ਅਤੇ ਪ੍ਰਸ਼ਾਸਨ ਪੂਰਾ ਮਦਦ ਕਰ ਰਿਹਾ, ਸਾਰਾ ਪਿੰਡ ਦੀ ਪੰਚਾਇਤ ਅਤੇ ਸਰਪੰਚ ਸਾਹਿਬ ਤਨਦੇਹੀ ਦੇ ਨਾਲ ਆਪਦੇ ਕੰਮ ਨੂੰ ਨਿਭਾ ਰਹੇ ਆ, ਸੇਵਾ ਨਿਭਾ ਰਹੇ ਆ ਔਰ ਪੂਰੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਬੰਦਾ ਟ੍ਰੇਸ ਹੋ ਜਾਵੇ। ਸ਼੍ਰੀ ਮੁਕਤਸਰ ਸਾਹਿਬ ਸੇ ਸ਼ਕਤੀ ਜਿੰਦਲ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।